ਅੱਜ ਆਪਾਂ ਦੇਖਾਂਗੇ ਬਹੁਤ ਟਾਈਮ ਬਾਅਦ ਜੀਵਨ ਸੁਲਤਾਨ ਹੋਰਾਂ ਦੀਆਂ ਟਿਕਟੌਕ ਵੀਡੀਓਜ਼। ਯਾਦ ਆ ਤੁਹਾਨੂੰ ਜੀਵਨ ਸੁਲਤਾਨ ਹੋਰੀ? ਨਹੀਂ ਨਹੀਂ ਯਾਦ। ਹੁਣੇ ਜਦੋਂ ਪਹਿਲੀ ਵੀਡੀਓ ਦੇਖਣਗੇ ਇਹਨਾਂ ਦੀ ਸ਼ਕਲ ਦੇਖਣਗੇ ਯਾਦ ਆ ਜਾਊਗਾ, ਅਤੇ ਤੁਹਾਨੂੰ ਸਾਰਿਆਂ ਨੂੰ ਤਾਂ ਯਾਦ ਹੋਣਾ, ਪਰ ਚੈਨਲ ਸਬਸਕ੍ਰਾਈਬ ਕਰ ਲਓ ਜਿਹਨਾਂ ਨੇ ਹਜੇ ਤੱਕ ਨਹੀਂ ਕੀਤਾ, ਡੂ ਸਬਸਕ੍ਰਾਈਬ ਨਾਓ। ਆਪਾਂ ਬਸ ਉਹਨਾਂ ਦੀ ਵੇਖਦੇ ਹੁੰਦੇ ਸੀ ਜਿਹੜੇ ਉਹ ਮਤਲਬ ਜਿਹੜੇ ਹੁੰਦੇ ਆ ਵੱਡੇ, ਜਿਹੜੇ ਆਪਾਂ ਨੂੰ ਲੱਗਦਾ ਸੀ ਉਹ ਸੀਗੇ, ਜਿਵੇਂ ਉਹ ਗੁਰਦੁਆਰਿਆਂ 'ਚ ਪਾਠ ਰਾਗੀ ਵਗੈਰਾ ਨਹੀਂ ਕਰਦੇ। ਮਦਨੀ ਹਾਂ ਨਾ ਸੁਣ ਮਦਨੀ ਹੁੰਦੀ, ਟਿਕਟੌਕ ਵੀ ਆਉਂਦੀ ਹੈ। ਚਲੋ ਵੀਡੀਓ ਕਰਦੇ ਹਾਂ ਸ਼ੁਰੂ, ਫਿਰ ਗੱਲਾਂ ਕਰਾਂਗੇ। ਬਾਕੀ ਚੈਨਲ ਸਬਸਕ੍ਰਾਈਬ ਕਰ ਲਓ, ਡੂ ਸਬਸਕ੍ਰਾਈਬ। ਹੈਲੋ ਰੂਫੇ ਮਕੈਨਿਕ, ਮੈਂ ਤੇਰੀ ਸ਼ਾਪ ਤੇ ਆ ਰਹਾ ਹੂੰ, ਮੈਨੇ ਬ੍ਰੇਕਸ ਡਲਵਾਨੀ ਹੈ ਗਾੜੀ ਕੀ, ਮੈਂ ਆ ਰਹਾ ਹੂੰ। ਹੈਲੋ ਕਹਾਂ ਜਾ ਰਹੇ? ਮੈਂ ਗਾੜੀ ਕੀ ਬ੍ਰੇਕਸ ਡਲਵਾਨੀ। ਯਾਰ ਰੂਫੇ ਕੀ ਜਾਨ ਛੋੜ ਦੇ, ਠੀਕ ਹੈ, ਹਿਟਾਚੀ ਕੇ ਬ੍ਰੇਕ ਪੈਡਸ ਡਲਵਾ ਜੋ ਮੇਡ ਬਾਈ ਜਾਪਾਨ। ਵਾਹ ਠੀਕ ਹੈ, ਮੈਂ ਵਹੀ ਡਲਵਾ। ਅੱਛਾ ਪੂਰੀ ਬਾਤ ਨਾ ਜਾ, ਵਹੀ ਡਲਵਾ। ਕਿਹੜੇ ਲਵਾ? ਦੁਬਾਰਾ ਜੋ ਮੇਡ ਬਾਈ ਜਾਪਾਨ। ਵਾਹ ਠੀਕ ਹੈ, ਮੈਂ ਵਹੀ ਡਲਵਾ। ਮੇਡ ਬਾਈ ਜਾਪਾਨ। ਅੱਛਾ ਪੂਰੀ ਬਾਤ ਨਾ ਜਾ, ਵਹੀ ਡਲਵਾਉਂਗਾ। अब मैं जापान की ब्रेक पैड डलवाऊंगा। जापान? अरे यार सीधा जा, मैंने इसमें ये तो बताया नहीं कि वो कहाँ से मिलेंगे। जापान जाने का खर्चा तो हो गया, लेकिन यार हिटाची के ब्रेक पैड बहुत आला है यार। यार जापान जाने की क्या जरूरत थी, तुझे यहाँ भी किसी स्पेयर पार्ट्स की शॉप से या zappl.com से मिल जाने थे। यस बोल, माल है भाई सब बोल। नगरी का पर्त सीधा हो गया जी, हूं सौखा विक जाएगा। उस्ताद जी पखा किने दा? 5000 रुपए दा। उस्ताद जी कुछ कट करो, मैं खुदकुशी वास्ते लेना। तेरी लव आ गैड सी ना, खुदकुशी ले ले गैड सी। अगला देख दे, सुरी किथे अपड़ी? मेरी ते मेरी मशूक दी शादी हो रही। कदो? ए मेरी इस हफ्ते ते ओदी अगले हफ्ते। ਭਈਏ ਨੇ ਕੀ ਜੁਰਮ ਕੀਤਾ? ਸਾਹਿਬ ਬਹਾਦਰ ਹੈ, ਸਾਈਕਲ ਚੋਰ ਹੈ। ਓਏ ਕੌਣ ਹੈ ਤੂੰ ਤੇ ਕਿਹਦੀ ਔਲਾਦ ਹੈ? ਮੈਂ ਮੁਸਲਮਾਨ ਹਾਂ ਤੇ ਮੈਂ ਆਦਮ ਦੀ ਔਲਾਦ। ਇਹਨੂੰ ਛੱਡ ਦਿਓ, ਜਾ ਭੱਜ ਜਾ। ਗੋਲ ਮਾਲ ਹੈ। ਹਾਂ ਭਈਏ ਨੇ ਕੀ ਜੁਰਮ ਕੀਤਾ? ਇਹਦੇ ਕੋਲ ਕਾਪੀ ਨਹੀਂ ਸੀ ਮੋਟਰਸਾਈਕਲ ਦੀ। ਕੌਣ ਹੈ ਤੇ ਕਿਹਦੀ ਔਲਾਦ ਹੈ ਤੂੰ? ਜੀ ਮੈਂ ਵੀ ਮੁਸਲਮਾਨ ਹਾਂ ਤੇ ਮੈਂ ਆਦਮ ਦੇ ਛੋਟੇ ਭਾਈ ਖਾਦਮ ਦੀ ਔਲਾਦ ਹਾਂ। ਜਾਨ ਮੈਂ ਆਫਿਸ ਜਾਣਾ, ਇਹਨੂੰ ਉਲਟੀ ਕਰਕੇ ਪ੍ਰੈਸ ਕਰ ਦੇ। ਠੀਕ ਹੈ, ਉਲਟੀ ਕਰਕੇ ਪ੍ਰੈਸ ਕਰ ਦੋ। ਕੀਤੀ ਨੀ ਪ੍ਰੈਸ ਜਾਨ, ਮੈਨੂੰ ਉਲਟੀ ਨੀ ਆਈ। ਜਾਨ ਮੈਨੂੰ ਉਲਟੀ ਨੀ ਆਈ, ਕੁੜੀ ਬਣੀ ਨਕਲੀ ਵਾਲ ਲਾ ਕੇ। ਉਹ ਕਹਿੰਦੇ ਉਲਟੀ ਕਰਕੇ ਇਹਨੂੰ ਪ੍ਰੈਸ ਕਰਦੇ, ਮਤਲਬ ਕਿ ਉਹਨੂੰ ਪੁੱਠੀ ਕਰਕੇ। ਉਹ ਕਹਿੰਦੇ ਮੈਨੂੰ ਉਲਟੀ ਨੀ ਆਈ। ਮੈਂ ਵੀ ਸਮਝ ਗਈ, ਪੁੱਠੀ ਚੀਜ਼ਾਂ ਕਰਕੇ ਪ੍ਰੈਸ ਕਰਦੇ ਆ। ਗੁੱਡ ਸੈਂਸ ਆਫ ਹਿਊਮਰ ਕੀ ਬਣ ਗਈ। ਓ ਯਾਰ ਸ਼ੂਗਰ ਮਿਲ ਵਾਲੇ ਨੇ ਮਾਰਿਆ। ਕਿਉਂ? ਮੈਂ ਕਿਹਾ ਮੇਰੀ ਸ਼ੂਗਰ ਤੇ ਚੈੱਕ ਕਰੋ। ਇਹ ਹਾਦੀ ਕਲੈਕਸ਼ਨ ਸੇ ਕਿਰਾਇਆ ਲੈਣੇ ਆਇਆ ਹੂੰ, ਮੈਂ ਆ ਰਹਾ। ਦੁਕਾਨ ਖਾਲੀ ਕਰ ਦੇਣੀ। ਕਿਉਂ ਜਨਾਬ? ਤੁਹਾਡੀ ਦੁਕਾਨ ਚ ਹਰ ਜਗ੍ਹਾ ਚੂਹੇ ਨੱਚਦੇ ਨੇ। ਯਾਰ ਇੰਨੇ ਕਿਰਾਏ ਚੂਹੇ ਹੀ ਨੱਚਣੇ ਨੇ, ਹੋਰ ਤੇਰੇ ਕੇ ਮਧੋਰੀ ਨੱਚੇ। ਬੁਖਾਰ ਤੇ ਤੈਨੂੰ ਹੈ, ਟੈਡੇ ਚ ਵੀ ਪੀੜ ਹੈ। ਅਸਲਾਮ ਵਾਲੇਕੁਮ ਡਾਕਟਰ ਸਾਹਿਬ। ਵਾਲੇਕੁਮ ਸਲਾਮ ਡਾਕਟਰ ਸਾਹਿਬ। ਤੁਸੀਂ ਕਿਹਾ ਸੀ ਗੇਮ ਖੇਡਣ ਨਾਲ ਤੇਰਾ ਵਜ਼ਨ ਘਟ ਜਾਏਗਾ, ਤੁਸੀਂ ਕਿਹੜੀ ਗੇਮ ਖੇਡਦੇ ਹੋ? ਚਿੜੀ ਉੱਡੀ, ਕਾਂ ਉੱਡਾ? ਵੀਰੇ ਇਹ ਐਨਰਜੀ ਸੇਵਰ ਚਿੱਟਾ ਕਿਉਂ ਹੁੰਦਾ? ਇਹ ਰਾਤੀ ਨਾ ਦੁੱਧ ਪੀ ਕੇ ਸੌਂਦਾ। ਟੈਡੇ ਚ ਸਿਆਣਾ ਤੇ ਮੈਂ ਇੰਗਲਿਸ਼ ਦਾ ਲਫ਼ਜ਼ ਬੋਲਾਂਗਾ, ਤੂੰ ਉਹਨੂੰ ਪੰਜਾਬੀ ਜੁਮਲੇ ਹੀ ਲੈਣਾ। ਪੁੱਛ ਪੁੱਛ ਵਟ? ਆਪਣੀ ਮਸ਼ੂਕ ਨੂੰ ਰਫੀਕ ਨਾਲ ਵੇਖ ਕੇ ਬਸ਼ੀਰ ਦੇ ਮੱਥੇ ਤੇ ਵੱਟ ਆ ਗਿਆ। ਡਿੱਗ, ਕੱਲ ਮੈਂ ਉਸ ਖੱਡੇ ਮੈਂ ਡਿੱਗ ਕੇ ਢਹਿ ਗਿਆ। ਹਿੱਲ, ਕੱਲ ਮੈਂ 2 ਕਿਲੋ ਗੋਸ਼ਤ ਲੈ ਕੇ ਜਾ ਰਿਹਾ ਥਾ, ਉੱਤੋਂ ਹਿੱਲ ਆਈ, ਉਹ ਖੋ ਕੇ ਲੈ ਗਈ। ਕਿੱਲ, ਫਟਾ ਟੁੱਟੇ ਤੇ ਕਿੱਲ ਨਾਲ ਜੋੜ ਲਓ। ਬੁੱਲ, ਸਰਦੀਆਂ ਮੈਂ ਖੁਸ਼ ਖਵਾ ਪੜਨੇ ਸੇ ਬੁੱਲ ਪਾਟ ਜਾਤੇ ਹੈ। ਕੀ ਹੁਣ ਤੂੰ ਮੇਰੇ ਕੋਲੋਂ ਕੀ ਚਾਹਨਾ? ਬੋਲ ਮਾਲ ਹੈ ਭਾਈ ਸਭ, ਆਈ ਲਵ ਯੂ। ਕੀ ਕਹਿ ਰਹੇ? ਜਦੋਂ ਤੈਨੂੰ ਸਮਝ ਨਹੀਂ ਆਈ ਤੇ ਮਾਰਿਆ ਕਿਉਂ ਹੀ? ਜਾਨ ਨਾਲ ਦੇ ਗਵਾਂਢੀਆਂ ਦੀ ਜਨਾਨੀ ਮੇਰੇ ਖਾਬ ਚ ਆਉਂਦੀ ਹੈ। ਕੱਲੀ ਆਉਂਦੀ ਹੈ ਨਾ? ਮੈਨੂੰ ਕਿਵੇਂ ਪਤਾ ਹੈ? ਕਿਉਂਕਿ ਉਹਦਾ ਖਾਵਨ ਮੇਰੇ ਖਾਬ ਚ ਆਉਂਦਾ ਹੈ। ਹੌਸਲਾ ਕਰ ਯਾਰ, ਵੀਰੇ ਕਿਉਂ ਪਰੇਸ਼ਾਨ? ਇਸ ਮੋਬਾਈਲ ਨੇ ਮੈਨੂੰ ਕੰਗਾਲ ਕਰਤਾ। ਕਿਉਂ? ਇਹਦੇ ਤੇ ਡੇਲੀ ਲਿਖੀ ਕੇ ਆਉਂਦਾ ਬੈਟਰੀ ਲੋ, ਬੈਟਰੀ ਲੋ। ਮੈਂ 70 ਬੈਟਰੀਆਂ ਲੈ ਚੁੱਕਿਆ। ਉਹ ਕੀ ਬਣੇ ਯਾਰ? ਮੋਟਰ ਵੇ ਵਾਲੇ ਨੇ ਮਾਰਿਆ। ਕਿਉਂ ਮਾਰਿਆ? ਉਹ ਸਪੀਡ ਕੈਮਰਾ ਲੱਗਾ ਸੀ ਤੇ ਮੈਂ ਕਿਹਾ ਮੇਰਾ ਸਲੋਮਾ ਤੇ ਬਣਾ ਦਿਓ ਇੱਕ। ਮੈਂ
ਮੈਂ ਬੜਾ ਟਾਇਰਡ ਲੱਗ ਰਿਹਾ ਯਾਰ। ਵਾਹ, ਹੈਲੋ ਭਾਈ, ਲਾਰੀ ਗੱਡੇ ਜਾਣਾ? ਨਹੀਂ ਨਹੀਂ, ਮੈਂ ਨੀ ਜਾਣਾ। ਚੱਲ ਫਿਰ ਥੱਲੇ ਲੈ, ਮੈਂ ਹੋ ਕੇ ਆਉਣਾ। ਬਾਬਾ, ਤੈਨੂੰ ਪਤਾ ਮੇਰਾ ਬੁਰਜ ਖਲੀਫਾ ਦਾ ਸੌਦਾ ਹੋਣ ਲੱਗਿਆ ਸੀ, ਫਿਰ ਕੀ ਬਣਿਆ ਯਾਰ? 3500 ਤੋਂ ਗੱਲ ਰਹਿ ਗਈ ਤੇ ਮੈਂ ਬੜਾ ਟਾਇਰਡ ਲੱਗ ਰਿਹਾ ਯਾਰ। ਵਾਹ, ਹੈਲੋ ਭਾਈ, ਲਾਰੀ ਗੱਡੇ ਜਾਣਾ? ਨਹੀਂ ਨਹੀਂ, ਮੈਂ ਨੀ ਜਾਣਾ। ਚੱਲ ਫਿਰ ਥੱਲੇ ਲੈ, ਮੈਂ ਹੋ ਕੇ ਆਉਣਾ। ਬਾਬਾ, ਤੈਨੂੰ ਪਤਾ ਮੇਰਾ ਬੁਰਜ ਖਲੀਫਾ ਦਾ ਸੌਦਾ ਹੋਣ ਲੱਗਿਆ ਸੀ, ਫਿਰ ਕੀ ਬਣਿਆ ਯਾਰ? 3500 ਤੋਂ ਗੱਲ ਰਹਿ ਗਈ। ਅੱਛਾ ਚੱਲ ਯਾਰ, ਮੈਂ ਉਹਨੂੰ ਭੇਜਦਾ। ਉਹ ਪਿਛਲੀ ਗਲੀ ਜਾ, ਖੱਟੇ ਗੇਟ ਵਾਲਾ ਨੀ, ਉਹਦੇ ਕੋਲ ਜਾ, 5000 ਰੁਪਈਆ ਲੈ ਕੇ ਆ, ਜਲਦੀ ਜਾ। ਉਹ ਭਾਈ, ਤੇਰੇ ਵਾਲੀ ਨਿਕਲਿਆ, ਅੱਧਾ ਘੰਟਾ ਹੋ ਗਿਆ, ਪਤਾ ਨੀ ਕਿੱਥੇ ਰਹਿ ਗਿਆ, ਆ ਜਾਂਦਾ ਹੁਣੇ। ਯਾਰ, ਮੈਂ ਉਸ ਗਲੀ ਦੇ ਸਾਰੇ ਗੇਟ ਚੱਟ ਕੇ ਆ ਗਿਆ, ਕੋਈ ਵੀ ਖੱਟਾ ਨੀ। ਤੁਹਾਨੂੰ ਇੱਕ ਗੱਲ ਦੱਸਾਂ, ਜਦੋਂ ਚਾਹ ਮੇਰੇ ਵਾਲਾਂ ਦੀ, ਮੈਂ ਤਤੀ ਤਤੀ ਪੀ ਜਾਣਾ। ਉਹ ਜਦੋਂ ਚਾਹ ਪਤੀਲੇ ਹੀ ਬਣ ਰਹੀ ਹੁੰਦੀ ਹੈ ਨਾ, ਮੈਂ ਉਸੇ ਟਾਈਮ ਪੀ ਜਾਂਦਾ ਹਾਂ। ਤੁਹਾਨੂੰ ਪਤਾ ਹੈ, ਮੈਂ ਚੀਨੀ ਪੱਤੀ ਤੇ ਦੁੱਧ ਮੂੰਹ 'ਚ ਰੱਖ ਕੇ ਤੇ ਚੁੱਲ੍ਹੇ ਤੇ ਬਹਿ ਜਾਂਦਾ। ਮਤਲਬ ਗੱਪੀਆਂ ਦੀ ਰੇਸ ਵਿੱਚ ਇੱਕ ਸਭ ਤੋਂ ਵੱਡਾ ਗੱਬ। ਓਏ, ਤੈਨੂੰ ਪਤਾ ਹੈ, ਰਾਤੀ ਮੇਰੇ ਘਰ ਚੋਰ ਆ ਗਏ, ਫਿਰ ਉਹ ਪੈਸੇ ਲੱਭਣ ਲੱਗ ਪਏ, ਫਿਰ ਮੈਂ ਵੀ ਨਾਲ ਲੱਭਣ ਲੱਗ ਪਿਆ। ਡਾਕਟਰ ਸਾਹਿਬ, ਤੁਹਾਡੀ ਫੀਸ ਕਿੰਨੀ ਹੈ? ਪਹਿਲੀ ਦਫਾ ਆਣ ਤੇ 1000 ਰੁਪਏ ਤੇ ਦੂਜੀ ਦਫਾ ਫ੍ਰੀ ਹੈ। ਡਾਕਟਰ ਸਾਹਿਬ, ਮੈਂ ਦੂਜੀ ਦਫਾ ਆ ਰਿਹਾ ਜੇ। ਚਲੋ ਫਿਰ, ਜਿਹੜੀ ਦਵਾਈ ਪਹਿਲੀ ਵਾਰੀ ਲਿਖ ਕੇ ਦਿੱਤੀ ਸੀ, ਹੁਣ ਵੀ ਉਹੀ ਖਾ ਲੈ ਜਾ ਕੇ। ਹੈਲੋ, ਆਓ ਨਾਮ ਸਿਕੰਦਰ ਕੀ ਐ, ਪੁਸ਼ਤਾ ਚੈੱਕ ਕਰ ਲਈ। ਕੀ ਚੈੱਕ ਕਰ ਲਈ ਭਾਈ? ਤੇਰਾ ਰਕਸ਼ਾ ਚਲਾਉਂਦਾ ਤੇ ਪਿਓ ਤੇਰੇ ਦੀ ਚਨਿਆਂ ਦੀ ਰੇੜੀ, ਇਹ ਪੁਸ਼ਤਾ ਚੈੱਕ ਕਰ ਲਈ। ਹੈਲੋ, ਉਹਨੂੰ ਪੈਨਾਡੋਲ ਖਵਾ। ਡਾਕਟਰ ਸਾਹਿਬ, ਮੇਰੀ ਜਦੋਂ ਸਵਾਣੀ ਬੋਲਦੀ ਹੈ ਨਾ ਤੇ ਮੈਨੂੰ ਸੁਣਾਈ ਨਹੀਂ ਦਿੰਦਾ, ਲੱਗਦਾ ਮੈਂ ਕਿਸੇ ਮਰਜ਼ ਦਾ ਸ਼ਿਕਾਰ ਹਾਂ। ਉਹ ਯਾਰ, ਇਹ ਕੋਈ ਮਰਜ਼ ਨਹੀਂ ਹੈ, ਤੇਰੇ ਤੇ ਖੁਦਾ ਦਾ ਖਾਸ ਕਰਮ ਹੈ। ਔਖਾ ਮਿਲੇ ਮੈਨੂੰ, ਔਖਾ ਮਿਲੇ ਮੈਨੂੰ, ਨਾਰਾਜ਼ ਤੈਨੂੰ ਨਹੀਂ ਕਰਨਾ, ਨਹੀਂ ਕਰਨਾ ਨਾਰਾਜ਼। ਆ ਯਾਰ, ਪਾਣੀ ਲੈ ਕੇ ਆ। ਕਿਉਂ? ਉਹ ਮੈਂ 10 ਸਾਲ ਬਾਅਦ ਕਿਤਾਬ ਖੋਲੀ ਤੇ ਕਵਾ ਜਾਈ ਪਿਆ ਸਹੀ। ਤੂੰ ਤੇ ਹੋਸਟਸ ਨਹੀਂ ਸੀ? ਉਹਨਾਂ ਕੱਢਤਾ। ਕਿਉਂ? ਉਹ ਮੈਂ ਜਾਂਚ ਚ ਪੁੱਛ ਲਿਆ, ਕਿਸੇ ਅਗਲੇ ਸਟਾਪ ਤੇ ਲੈਣਾ। ਬੋਲ ਮਾਲ ਹੈ ਭਾਈ ਸਭ ਕੋ। ਇਹ ਕੀ ਬਣਾਈ ਗੋਬਰ ਆਰ ਜ਼ੈਕ ਹੈ ਸਾਲਣ ਦਾ? ਉਹ ਫੱਲਾ ਇਹਨੇ ਪਤਾ ਨਹੀਂ ਕੀ ਚੱਖੇ ਹੋਏ। ਬੋਲ ਮਾਲ ਹੈ ਭਾਈ। ਤੇਰਾ ਬੜਾ ਔਖਾ ਰਿਸ਼ਤਾ ਕਰਾਈ, ਇੱਥੇ ਬੋਲੀ ਨਹੀਂ, ਚੁੱਪ ਰਹਿਣੀ ਬਿਲਕੁਲ। ਅਸਲਾਮ ਅਲੈਕੁਮ। ਵਾਲੇਕੁਮ ਸਲਾਮ, ਬੈਠੋ ਬੈਠੋ। ਓ ਨੋ, ਚਾਹ ਲੈ ਕੇ ਆਓ। ਐ ਮੇਰੀ ਬੱਚੀ ਏ ਤੇ ਘਰ ਦੇ ਕੰਮ ਬੜੇ ਸੋਹਣੇ ਕਰਦੀ ਏ, ਬਹਿ ਜਾ ਮੇਰੇ ਪੁੱਤਰ ਇੱਥੇ ਇਹਦੇ ਕੋਲ ਹੀ। ਬੰਦਾ ਬਣ ਤੇ ਚਾਹ ਪੀ। ਹਾਏ ਦਿਲਮ ਦਿਲਮ, ਫੂਤਮਾਲ ਫੂਤਮਾਲ। ਕਹਿੰਦੇ ਨਵਾਂ ਨਵਾਂ ਹੋਟਲ ਪਾਇਆ, ਪਹਿਲੇ ਹੀ ਗਾਹਕ ਆਇਆ ਬੜਾ ਡੀਸੈਂਟ ਜਿਹਾ, ਕਹਿੰਦਾ ਪੈਨ ਟੋਇਲਟ ਹੈ? ਕਹਿੰਦਾ ਨਹੀਂ ਜੀ, ਅੱਜ ਨਹੀਂ ਪਕਾਇਆ। ਇਹਦੇ ਕੋਲ ਇੱਕ ਕੁੱਤਾ, ਉਹਨੂੰ ਕੋਈ ਸ਼ਾਇਦ ਨਾ ਪਾਵੇ। ਇੱਕ ਦਿਨ ਕੁੱਤਾ ਕਹਿ ਰਿਹਾ, ਕਹਿੰਦਾ ਭੈਣ ਮੈਨੂੰ ਕੁਝ ਪਾਣਾ ਨਹੀਂ ਤੇ ਮੈਨੂੰ ਕੰਮ ਤੇ ਹੀ ਲਵਾ ਦਿਓ। ਜੇ ਤੋ ਕਦੀ ਰਾਵੀ ਲੰਘ ਜਾਵੇ। ਬਾਬਾ, ਜੇ ਤੋ ਰਾਵੀ ਲੰਘ ਗਈ ਨਾ ਤੇ ਜਿਹੜਾ 7 ਲੱਖ ਲੈ ਕੇ ਉਧਾਰੀ ਦੁਕਾਨ ਪਾਈ, ਇਹ ਵੀ ਨਾਲ ਹੀ ਜਾਏਗੀ। ਇਹ ਕਹਾਣੀ ਹੈ ਇੱਕ ਪੜ੍ਹੇ ਲਿਖੇ ਖਾਵਨ ਔਰ ਅਨਪੜ੍ਹ ਬੇਗਮ ਕੀ। ਵਾਟਰ ਵਾਟਰ, ਕੀ ਹੋ ਗਿਆ? ਕੀ ਕਹਿ ਰਹੇ ਹੋ? ਓ ਨੋ, ਭੈਣਾ ਕੀ ਬਣਿਆ ਇਹਨੂੰ? ਪਤਾ ਨਹੀਂ ਕੀ ਬਣਿਆ, ਪਾਣੀ ਨਹੀਂ ਸੁ ਮੰਗਿਆ, ਵਾਟਰ ਵਾਟਰ ਕਰਦਾ ਮਰ ਗਿਆ। ਮੈਨੂੰ ਲੱਗਤਾ ਥਾ ਕਿ ਵੋ ਮੇਕਅਪ ਕੇ ਬਗੈਰ ਵੀ ਅੱਛੀ ਲਗੇਗੀ, ਪਰ ਭਾਈ ਉਹ ਤੇ ਮੇਕਅਪ ਤੋਂ ਬਗੈਰ ਚੁੜੇਲ ਲੱਗ ਰਹੀ ਹੈ। ਮੈਨੇ ਕਹਾ ਨਾ, ਮੈਨੂੰ ਲੱਗਤਾ ਥਾ। ਸਿੰਘਾ ਬੋਲਦਾ ਵੀਰੇ। ਓਏ ਕਿਹੜਾ ਸਿੰਘਾ? ਓਏ ਉਹ ਪੁੱਛ ਰਿਹਾ ਕਿਹੜਾ ਸਿੰਘਾ? ਓ ਨੋ, 12 ਸਿੰਘਾ। ਬੋਲ ਮਾਲ ਹੈ ਭਾਈ ਸਾਹਿਬ। ਹਾਂਜੀ। ਉਹ ਯਾਰ, ਤੂੰ ਤੇ ਨਾਈ ਨਹੀਂ ਸੇ? ਉਹ ਯਾਰ, ਉਹ ਕੰਮ ਮੈਂ ਛੱਡਤਾ, ਬਾਅਦ ਚ ਡਾਕੂ ਬਣੇ, ਉਹ ਵੀ ਕੰਮ ਬੰਦ ਕਰਤਾ। ਕਿਉਂ? ਉਹ ਯਾਰ, ਮੈਂ ਇੱਕ ਬੰਦੇ ਨੂੰ ਉਸ ਤਰ੍ਹਾਂ ਵਿਖਾਇਆ, ਮੈਂ ਕਿਹਾ ਕੱਢ ਦੇ ਜੋ ਕੁਝ ਆਈ, ਉਹਨੇ ਪਿਸਤੌਲ ਕੱਢ ਲਈ, ਮੇਰੇ ਕੋਲ ਵੀ 300 ਲੈ ਗਿਆ। ਸਹੀ ਹੈ, ਬਹੁਤ ਵਧੀਆ ਵਧੀਆ ਸੀ ਨਾ, ਕਾਫੀ ਯੂਨੀਕ ਜੇ ਤੇ ਕਾਫੀ ਹਾਸੇ ਵਾਲੇ ਸੀਗੇ ਜੋਕਸ ਇਹਨਾਂ ਦੇ, ਬੜੇ
ਮਤਲਬ ਨਾਰਮਲ ਗੱਲਾਂ ਹੀ ਸੀਗੀਆਂ ਪਰ ਜਦੋਂ ਬੋਲਦੇ ਸੀ ਨਾ ਐਂਡ ਕਰਦੇ ਸੀ ਉਹ ਘੈਂਟ ਚੀਜ਼ ਸੀਗੀ ਬਹੁਤ ਵਧੀਆ ਲੱਗੇ ਮੈਨੂੰ ਤਾਂ ਮਤਲਬ ਇੱਕ ਵੀ ਹਾਸੇ ਤੋਂ ਬਿਨਾਂ ਨਹੀਂ ਗਿਆ ਮਤਲਬ ਸਾਰੇ ਵਧੀਆ ਸੀ ਘੈਂਟ ਸੀ ਬੋਰੇ ਉਹ ਜਦੋਂ ਰਿਸ਼ਤਾ ਦੇਖਣ ਜਾਂਦੇ ਆ ਉਹਨੂੰ ਕਹਿੰਦੇ ਵੀ ਤੂੰ ਕੁਛ ਬੋਲਣਾ ਨਹੀਂ ਉਹ ਕਹਿੰਦਾ ਚਾਹ ਗੱਲ ਨਾ ਗੱਲ ਉਹ ਕਹਿੰਦੀ ਫੂਤ ਮਾਰਤੀ ਪੀ ਲੈ ਫੂਤ ਮਾਰਦੇ ਵੀ ਇਹ ਵੀ ਸੁਣਿਆ ਹੋਇਆ ਦੋ ਸੁਣੇ ਹੋਏ ਸੀ ਪਹਿਲਾਂ ਦੇ ਜੋਕ ਸੀ ਪੁਰਾਣੇ ਪਰ ਇਹਨਾਂ ਨੂੰ ਜਿਸ ਹਿਸਾਬ ਨਾਲ ਉਹ ਇੰਪਲੀਮੈਂਟ ਕਰਕੇ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਬਣਾ ਲੈਂਦੇ ਹਨ ਉਹ ਚੀਜ਼ ਘੈਂਟ ਲੱਗਦੀ ਹੈ ਹਨਾ ਤੇ ਮਤਲਬ ਹਰ ਕੋਈ ਇਹ ਚੀਜ਼ ਕਰ ਨਹੀਂ ਸਕਦਾ ਬਹੁਤ ਵਧੀਆ ਲੱਗਾ ਬਹੁਤ ਮਜ਼ਾ ਆਇਆ ਵੀ ਇੱਕ ਵੀ ਹੈ ਇੱਦਾਂ ਦੀ ਨਹੀਂ ਗਈ ਜਿਹੜੀ ਹਾਂ ਮਜ਼ਾ ਨਾ ਆਇਆ ਹੋਵੇ ਮੈਂ ਨਹੀਂ ਫਸਟ ਟਾਈਮ ਦੇਖ ਰਹੀ ਹਾਂ ਇਹਨਾਂ ਨੂੰ ਵੀ ਕਿਸੇ ਦੇ ਹਾਸਾ ਨਾ ਆਇਆ ਹੋਵੇ ਹਨਾ ਇਹ ਚੀਜ਼ ਸੀ ਵੈਸੇ ਮੈਂ ਫਸਟ ਟਾਈਮ ਦੇਖ ਨਹੀਂ ਬਣਾਈ ਹੈ ਤੁਸੀਂ ਪਹਿਲਾਂ ਯਾਰ ਜੋ ਤੁਸੀਂ ਗੈਪ ਲਿਆ ਸੀਗਾ ਚੈਨਲ ਤੋਂ ਥੋੜੇ ਦਿਨ ਛੁੱਟੀ ਤੇ ਸੀ ਉਦੋਂ ਬਣਾਈਆਂ ਸੀ ਫਿਰ ਮੈਂ ਨਹੀਂ ਬਣਾਈਆਂ ਵੈਸੇ ਤਾਂ ਬਹੁਤ ਸਾਰੀਆਂ ਵੀਡੀਓ ਬਣਾਈਆਂ ਹੋਈਆਂ ਆਪਾਂ ਇਹਨਾਂ ਦੀਆਂ ਜੀਵਨ ਸੁਲਤਾਨ ਦੀਆਂ ਤੇ ਕਾਫੀ ਅੱਛਾ ਕੰਮ ਕਰਦੇ ਆ ਯਾਰ ਛੋਟੇ ਛੋਟੇ ਕਲਿਪਸ ਦੇ ਜ਼ਰੀਏ ਦੇਖੋ ਆਪਾਂ ਨੂੰ ਹਸਾਉਂਦੇ ਆ ਆਪਣੇ ਮੂੰਹ ਤੇ ਹਾਸਾ ਆਉਂਦਾ ਹੈ ਨਾ ਉਹ ਚੀਜ਼ ਮਾਇਨੇ ਰੱਖਦੀ ਹੈ ਚਾਹੇ ਬੰਦਾ ਆਪਣੇ ਲਈ ਥੋੜ੍ਹੀ ਜਿਹੀ ਮਿਹਨਤ ਕਰ ਥੋੜ੍ਹੀ ਜਿਹੀ ਮਿਹਨਤ ਨਹੀਂ ਥੋੜ੍ਹੀ ਜਿਹੀ ਕਲਿੱਪ ਬਣਾਉਂਦਾ ਛੋਟੀ ਜਿਹੀ ਹੈ ਨਾ ਮਿਹਨਤ ਤਾਂ ਇੰਨਾ ਛੋਟੀ ਛੋਟੀ ਕਲਿੱਪਸ 'ਤੇ ਵੀ ਕਾਫੀ ਲੱਗਦੀ ਹੈ ਇੱਦਾਂ ਦੀਆਂ ਤੇ ਖਾਸ ਕਰਕੇ ਲੱਗਦੀ ਹੈ ਹਨਾ ਸਹੀ ਗੱਲ ਹੈ ਬਿਲਕੁਲ ਇਹ ਸੌਖੀਆਂ ਲੱਗਦੀ ਹੈ ਹਰੇਕ ਚੀਜ਼ ਔਖੀ ਦੇਖਣ 'ਚ ਸੌਖਾ ਲੱਗਦਾ ਯਾਰ ਇਹਦਾ ਮਿੰਟ ਮਾਰਿਆ ਬਣਾਉਂਦੇ ਪਰ ਉਹ ਸੋਚਣਾ ਉਹਨੂੰ ਫਿਰ ਇੰਪਲੀਮੈਂਟ ਕਰਨਾ ਬਣਾਉਣਾ ਫਿਰ ਅਪਲੋਡ ਕਰਨਾ ਟਾਈਮ ਤਾਂ ਲੱਗਦਾ ਹੈ ਯਾਰ ਸਭ ਚੀਜ਼ਾਂ 'ਤੇ ਅਤੇ ਵਧੀਆ ਲੱਗੀ ਸਾਨੂੰ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਨੀਚੇ ਕਮੈਂਟ ਕਰਕੇ ਜ਼ਰੂਰ ਦੱਸੋ ਜੇਕਰ ਚਾਹੁੰਦੇ ਕਿ ਆਪਾਂ ਇਹਨਾਂ ਦੀਆਂ ਹੋਰ ਵੀਡੀਓਜ਼ ਬਣਾਈਏ ਤਾਂ ਉਹ ਵੀ ਤੁਸੀਂ ਸਾਨੂੰ ਦੱਸ ਸਕਦੇ ਹਾਂ ਹਨਾ ਜ਼ਰੂਰ ਆਪਾਂ ਵੇਖਾਂਗੇ ਬਿਲਕੁਲ ਵਧੀਆ ਫਨੀ ਲੱਗੀ ਕਮੈਂਟ ਕਰਕੇ ਜਾਓ ਸ਼ੇਅਰ ਕਰ ਦਿਓ ਵਟਸਐਪ ਗਰੁੱਪਾਂ ਦੇ ਵਿੱਚ ਅਤੇ ਅਸੀਂ ਮਿਲਦੇ ਹਾਂ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇੱਦਾਂ ਹੀ ਕੰਮ We'll be right back.